ਅਸਲਾਮ ਅਲੈਕਮ ਦੋਸਤੋ, ਮੈਂ ਤੁਹਾਡਾ ਆਪਣਾ ਵੀ ਜਵਾਦ ਇੱਧਰ ਖੁਸ਼ਾਬ ਲੈ। ਜਿਵੇਂ ਤੁਹਾਨੂੰ ਸਾਰਿਆਂ ਦੋਸਤਾਂ ਨੂੰ ਪਤਾ ਹੈ ਮੇਰਾ ਜੇ ਵੇਟ ਵਧਿਆ, ਤੁਸੀਂ ਵੀਡੀਓ ਫੋਟੋ ਵੇਖੋ ਤਾਂ ਹੁਣ ਹਾਲੇ ਵੀ ਅੱਜ ਉਹ ਤੁਹਾਨੂੰ ਮੈਂ ਦੱਸਦਾ ਖਜੂਰਾਂ ਦਾ ਮਿਲਕ ਸ਼ੇਕ। ਉਹ ਹੁਣ ਆਉਂਦਾ ਪਿਆ, ਮੈਂ ਬੈਲ ਦੇਣਾ ਛੋਰੇ ਨੂੰ ਅਤੇ ਬਸ ਤੁਹਾਨੂੰ ਦੱਸਦੇ ਹਾਂ। ਆਹ ਬੈਲ ਰੱਖੀ ਹੋਈ ਜਾਟ ਮਹਿਕਮਾ ਹੈ, ਇਹ ਦੱਬਾ ਵੀ ਜਿਹੜੀ ਅੰਦਰ ਬਾਹਰ ਸ਼ਹਿ ਲੈਂਦੀ ਟਣਮ ਟਣਮ ਹੁੰਦੀ ਆ ਜਾਂਦੀ। ਟੁਰ ਪਾ ਟੁਰ ਪਾ ਛੋਰਾ ਜੀ, ਆ ਗਿਆ ਜੂਸ, ਆ ਗਿਆ ਜੂਸ, ਆ ਗਿਆ ਮਿਲਕ ਸ਼ੇਕ। ਜ਼ੂਮ ਕਰੋ ਕੈਮਰਾਮੈਨ ਸਾਹਿਬ। ਖਜੂਰਾਂ ਦਾ ਮਿਲਕ ਸ਼ੇਕ, ਕੱਕੀ ਮੱਝੀ ਦਾ ਦੁੱਧ ਵਿੱਚ ਜਨਾਬ ਅਲੀ ਮਲਾਈ ਜਿਹੜੀ ਦੁੱਧ ਉੱਤੇ ਲੈਂਦੀ ਉਹ ਦਨਾਣੀਆਂ ਜਿਹੜੀ ਨਹੀਂ ਰਿੜਕ ਕੇ ਤਾਂ ਮੱਖਣ ਛੱਕਣ ਅਤੇ ਬਥੇਰੀਆਂ ਸਕੀਮਾਂ ਬਣਦੀਆਂ ਨੇ। ਅਸੀਂ ਤਾਂ ਬਾਈ ਵਿੱਚ ਹੀ ਬਣੇ ਨੇ, ਸਾਰਾ ਟੇਸਟੀ ਉਹ ਮਲਾਈ ਦਾ ਹੁੰਦਾ। ਅਤੇ ਖਜੂਰਾਂ ਹੁੰਦੀਆਂ ਨੇ ਪੰਜ ਛੇ, ਬਦਾਮ ਜਿਹੜੇ ਗ੍ਰੈਂਡ ਉਹ ਕਰਕੇ ਰੱਖੇ ਹੋਣ ਅਤੇ ਅਖਰੋਟ ਉਹ ਦੋ ਚੀਜ਼ਾਂ ਅਤੇ ਦੋ ਤਰੇ ਸਵਾਦ ਇਲਾਚੀਆਂ ਜਿਹੜੀਆਂ ਨੇ ਵਿੱਚ ਵਗੀਂਦੀਆਂ ਟੇਸਟ ਬਣੇ। ਖਜੂਰਾਂ ਦੇ ਜਿਹੜੇ ਮਿਲਕ ਸ਼ੇਕ ਹੈ, ਤੁਸੀਂ ਸਾਰੇ ਦੋਸਤ ਜਿਹੜੇ ਵੀਡੀਓ ਵੇਖਦੇ ਪਏ ਹੋ ਜਿਹਨਾਂ ਦਾ ਵੇਟ ਨਹੀਂ ਵੱਧਦਾ, ਦਾਹ ਦੜੇ ਇਸਤੇਮਾਲ ਕਰੋ। ਇੱਕ ਵਾਰੀ ਬਸ ਸ਼ੀਸ਼ੇ ਤੋਂ ਬਾਅਦ ਮੂੰਹ ਹੀ ਵੇਖਿਆ ਹੈ ਅਤੇ ਆਪਣਾ ਵੇਟ ਹੀ ਵੇਖਿਆ। ਬੰਦੇ ਆ ਜਾਂਦੇ ਖੁਸ਼ਾਬ ਵਾਲਾ ਫਿਸ਼ਲ ਕਰਾਂਦਾ, ਮੈਂ ਆਹਦਾ ਮੇਰਾ ਜਿਹੜਾ ਜੂਸ ਨਹੀਂ ਇਹ ਮੈਨੂੰ ਫਿਸ਼ਲ ਕਰਾਂਦਾ ਅੰਦਰੋਂ ਬਾਹਰੋਂ। ਇਸ ਮੇਰਾ ਰੰਗ ਕੀਤਾ ਤਾਂ ਸਾਰੇ ਮੇਰਾ ਵੀਡੀਓ ਨੂੰ ਸ਼ੇਅਰ ਕਰੋ ਜਿਹਨਾਂ ਦੇ ਵੇਟ ਨਹੀਂ ਵੱਧਦਾ। ਲਵ ਯੂ, ਹੋ ਗਿਆ, ਮੈਂ ਹੁਣ ਪੀਊਂਗਾ।